ਲੋਕ ਸਭਾ ਚੋਣਾਂ ਦੇ ਚੱਲਦਿਆਂ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਵੱਲੋਂ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪਰਨੀਤ ਕੌਰ ਨੇ ਨਾਭਾ ਦੀ ਸਬ ਤਹਿਸੀਲ ਭਾਸੋਂ ਵਿਖੇ ਰੋਡ ਸ਼ੋਅ ਕੱਢਿਆ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਦੱਸੇ ਕਿ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਮੌਕੇ ਤੇ ਗੱਲਬਾਤ ਕਰਦਿਆਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਆਖਿਆ ਕਿ ਕਿਸੇ ਪਾਰਟੀ ਦੇ ਨਾਲ 100% ਲੋਕ ਨਹੀਂ ਹੁੰਦੇ, ਜਿਸ ਨੂੰ ਬਹੁਮਤ ਮਿਲਦਾ ਹੈ ਜਿੱਤ ਉਸੇ ਦੀ ਹੁੰਦੀ ਹੈ। ਜਾਖੜ ਵੱਲੋਂ ਕਿਸਾਨਾਂ ਦੀ ਕੀਤੀ ਸ਼ਿਕਾਇਤ ਤੇ ਬੋਲਦਿਆਂ ਉਹਨਾਂ ਨੇ ਆਖਿਆ ਕਿ ਪਾਰਟੀ ਵੱਲੋਂ ਜੋ ਕੀਤਾ ਗਿਆ ਉਹ ਸਹੀ ਕੀਤਾ ਗਿਆ, ਕਿਉਂਕਿ ਜੋ ਲੋਕ ਸਾਨੂੰ ਅੱਜ ਪ੍ਰਚਾਰ ਲਈ ਰੋਕ ਰਹੇ ਨੇ ਉਹ ਕੱਲ੍ਹ ਨੂੰ ਬੂਥ ਲੱਗਣ ਤੋਂ ਵੀ ਰੋਕ ਸਕਦੇ ਨੇ। ਦੇਖੋ 100% ਕਿਸੇ ਨਾਲ ਕੋਈ ਨਹੀਂ ਹੁੰਦਾ, ਜਿਹਨੂੰ ਮੈਜੋਰਿਟੀ ਮਿਲ ਜਾਂਦੀ ਉਹ ਜਿੱਤਦੇ ਨੇ, ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ। ਤਾਂ ਠੀਕ ਹੈ, ਕਿਸਾਨਾਂ ਦਾ ਆਪਣਾ ਹੱਕ ਹੈ, ਦੂਜਿਆਂ ਦਾ ਆਪਣਾ ਹੱਕ ਹੈ, ਪਾਰਟੀਆਂ ਕਈ ਨੇ, ਤਾਂ ਹਾਲੇ ਤਾਂ ਰਣਨੀਤੀ ਦੇ ਵਿੱਚ ਕਈ ਕੁਛ ਹੋਊਗਾ, ਅੰਤ ਦੇ ਵਿੱਚ ਲੋਕ ਫਤਵਾ ਦੇਣਗੇ। ਚੋਣ ਕਮਿਸ਼ਨ ਨੂੰ ਜਿਹੜੇ ਹੈਗੇ ਜਾਖੜ ਸਾਹਿਬ ਨੇ ਚਿੱਠੀ ਭੇਜੀ ਆ ਵੀ ਕਿਸਾਨ ਰੋਕ ਵੀ ਸਕਦੇ ਨੇ ਵੋਟਰਾਂ ਨੂੰ, ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਖਰਚਾ ਹੈਗਾ? ਨਹੀਂ ਦੇਖੋ, ਇਹਨਾਂ ਨੇ ਕਿਹਾ ਵੀ ਹੈ, ਹੁਣ ਵੀ ਕਰ ਰਹੇ ਨੇ, ਅੱਗੇ ਨੂੰ ਕਰਨਗੇ ਵੀ, ਤਾਂ ਸਭ ਦਾ ਹੱਕ ਹੈ ਵੋਟ ਪਏ, ਸਾਡਾ ਹੱਕ ਹੈ ਕਿ ਸਾਡੇ ਬੂਥ ਲੱਗਣ, ਸਾਡੇ ਬੰਦੇ ਜਾ ਕੇ ਵੋਟ ਪਾਉਣ, ਇਹ ਜਮਾਂਦਰੂ ਹੱਕ ਹੈ ਸਾਰਿਆਂ ਦਾ, ਇਹ ਸਾਡਾ ਲੋਕਤੰਤਰ ਹੱਕ ਹੈ, ਤਾਂ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ, ਔਰ ਮੇਰੇ ਖਿਆਲ 'ਚ ਕਰਨਗੇ। ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ, ਸਾਡੀ ਪਾਰਟੀ ਨੇ ਦੱਸਿਆ। ਇਸ ਤੋਂ ਇਲਾਵਾ ਭਾਜਪਾ ਆਗੂ ਵਰਿੰਦਰ ਸਿੰਘ ਬਿੱਟੂ ਨੇ ਆਖਿਆ ਕਿ ਮਹਾਰਾਣੀ ਪਰਨੀਤ ਕੌਰ ਦੀ ਜਿੱਤ ਯਕੀਨੀ ਹੈ, ਕਿਉਂਕਿ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਵੱਲੋਂ ਵੀ ਉਹਨਾਂ ਦਾ ਪੂਰਾ ਸਮਰਥਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਭਾਸੋਂ ਪਹੁੰਚੇ, ਸੈਂਕੜੇ ਦੀ ਗਿਣਤੀ ਵਿੱਚ ਸਾਡੀਆਂ ਬੀਬੀਆਂ ਪਹੁੰਚੀਆਂ। ਰੋਡ ਸ਼ੋਅ ਖਤਮ ਹੋਣ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜ੍ਹੇ ਹੈ। ਸੋ ਲੋਕਾਂ 'ਚ ਭਾਰੀ ਉਤਸ਼ਾਹ ਹੈ, ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਆ। ਸੋ ਮੈਂ ਜੇ ਦਿੱਤੂ ਪ੍ਰੋਜੈਕਟਾਂ ਤੋਂ ਸਾਡੀ ਬੈਲਟ ਸ਼ੁਰੂ ਹੁੰਦੀ ਹੈ, ਹਰ ਪਿੰਡ ਦੇ ਵਿੱਚੋਂ ਸਾਡੇ 20-30 ਜਿਹੜੇ ਪਾਰਟੀ ਦੇ ਯੋਧੇ ਨੇ, ਜਿਹੜੇ ਪਾਰਟੀ ਦੀ ਲੜਾਈ ਲੜ ਰਹੇ ਨੇ, ਪਾਰਟੀ ਦੀ ਰੀੜ ਦੀ ਹੱਡੀ, ਉਹ ਪਹੁੰਚੇ ਹੋਏ ਨੇ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਿਰ ਝੁਕਾ ਕੇ ਵਰਿੰਦਰ ਬਿੱਟੂ ਉਹਨਾਂ ਨੂੰ ਸਲਾਮ ਕਰਦਾ। ਵਿਰੋਧੀ ਕਹਿ ਰਹੇ ਸੀ ਵੀ ਪਿੰਡਾਂ 'ਚ ਤਾਂ ਵੋਟ ਹੀ ਨਹੀਂ ਪੈਣੀ, ਤੁਸੀਂ ਦੇਖ ਲਓ ਜੀ, ਹਜ਼ਾਰਾਂ ਦੀ ਗਿਣਤੀ ਭਾਸੋਂ, ਸਾਡਾ ਇੱਕ ਪਿੰਡੂ ਬਲਾਕ ਹੈ ਅਤੇ ਇੱਥੇ ਜਿਹੜੇ ਲੋਕ ਨੇ ਪਿੰਡਾਂ ਨੂੰ ਆਏ ਹੋਏ ਨੇ ਸਾਰੇ, ਅਤੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇੰਨੀ ਵੱਡੀ ਗਿਣਤੀ 'ਚ ਇਕੱਠ ਖੜਾ, ਸਾਰਾ ਪਿੰਡਾਂ ਦਾ ਇਕੱਠ। ਉਧਰ ਜਦੋਂ ਇਸ ਸੰਬੰਧੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨ ਆਗੂਆਂ ਨੇ ਆਖਿਆ ਕਿ ਉਹ ਮਹਾਰਾਣੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਬਲਕਿ ਉਹ ਤਾਂ ਸਵਾਲ ਪੁੱਛਣਾ ਚਾਹੁੰਦੇ ਨੇ, ਪਰ ਮਹਾਰਾਣੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਦੀ। ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਰੋਕਦੇ। ਦੇਖੋ, ਜਿਹੜੇ ਬੀਜੇਪੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਪੰਜਾਬ 'ਚ ਜਾਂਦਾ, ਹਰ ਇੱਕ ਜਗ੍ਹਾ 'ਤੇ ਵੱਡੀ ਪੱਧਰ 'ਤੇ ਵਿਰੋਧ ਹੋ ਰਿਹਾ। ਅੱਜ ਮਹਾਰਾਣੀ ਪਿੰਡ ਕੋਟ ਕਲਾਂ ਦੇ ਵਿੱਚ ਆ ਰਹੀ ਆ, ਕਿਸਾਨ ਵੱਡੀ ਪੱਧਰ 'ਤੇ ਇਕੱਠੇ ਹੋਏ ਹੋਏ ਨੇ, ਕਿਉਂਕਿ ਕਿਸਾਨ ਆਪਣੇ ਹੱਕ ਮੰਗਣ ਲਈ ਵਿਰੋਧ ਕਰਨਗੇ। ਅਸੀਂ ਮਹਾਰਾਣੀ ਨੂੰ ਬਹੁਤ ਤਰ੍ਹਾਂ ਦੇ ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਮਹਾਰਾਣੀ ਕੇ ਨਿਕਲ ਜਾਂਦੀ ਆ, ਉਹ ਖੜ ਕੇ ਸਾਡੇ ਨਾਲ ਗੱਲ ਕਰੇ। ਅਸੀਂ ਉਹਨੂੰ ਕੋਈ ਘੇਰਨ ਦੇ ਮੂਡ 'ਚ ਨਹੀਂ ਹੈਗੇ, ਅਸੀਂ ਉਹਦੇ ਕੋਲ ਕੋਈ ਨੁਕਸਾਨ ਪਹੁੰਚਾਉਣ ਦੇ ਮੂਡ 'ਚ ਨਹੀਂ ਹੈਗੇ, ਬਿਲਕੁਲ ਨਹੀਂ। ਕੋਈ ਕਿਸਾਨ ਕਿਸੇ ਨੂੰ ਵੋਟ ਤੋਂ ਕਦੇ ਨਹੀਂ ਰੋਕੂਗਾ, ਜਿਹਨੂੰ ਮਰਜ਼ੀ ਵੋਟ ਪਾਉਣ, ਕੋਈ ਕਿਸਾਨ ਵਿਰੋਧ ਨਹੀਂ ਕਰੂਗਾ ਜਾ ਕੇ ਪੋਲਿੰਗਾਂ 'ਤੇ, ਲੋਕ ਆਪਦੀ ਮਰਜ਼ੀ ਨਾਲ ਵੋਟਾਂ ਪਾਉਣ। ਦੱਸਦੇ ਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਭਾਜਪਾ ਵਰਕਰਾਂ ਵੱਲੋਂ ਮਹਾਰਾਣੀ ਪਰਨੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਾਭਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ, ਹਮਦਰਦ ਟੀਵੀ।